ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਤੋਂ, ਜਿੱਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਮੁਲਾਜ਼ਮਾਂ ਵੱਲੋਂ ਅਤੇ BSF ਦੀ ਟੁਕੜੀ ਵੱਲੋਂ ਭਾਰੀ ਮਾਤਰਾ ਵਿੱਚ ਫਲੈਗ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ SSP ਡਾਕਟਰ ਮਹਿਤਾਬ ਵਿਰਕ ਉਹਨਾਂ ਨੇ ਕੀਤੀ। ਪੱਤਰਕਾਰ ਨੇ ਸਵਾਲ ਲਏ ਕਿ ਅੱਜ ਕੱਲ੍ਹ ਬਿਨਾਂ ਨੰਬਰ ਪਲੇਟਾਂ ਵਾਲੀਆਂ ਜਾਂ ਬਲੈਕ ਫਿਲਮਾਂ ਵਾਲੀਆਂ ਗੱਡੀਆਂ ਦੀ ਬਹੁਤ ਭਰਮਾਰ ਹੈ, ਤਾਂ ਉਹਦੇ ਉੱਤੇ ਟਿੱਪਣੀ ਕਰਦੇ ਹੋਏ SSP ਸਾਹਿਬ ਨੇ ਗੱਲ ਆਖੀ ਹੈ ਕਿ ਜੇਕਰ ਕਿਸੇ ਗੱਡੀ ਦੇ ਉੱਤੇ ਬਲੈਕ ਫਿਲਮ ਲੱਗੀ ਹੋਈ ਜਾਂ ਨੰਬਰ ਪਲੇਟਾਂ ਤੋਂ ਬਿਨਾਂ ਵਾਹਨ ਹੋਇਆ ਜਾਂ ਕਿਸੇ ਗੱਡੀ 'ਤੇ ਸਲੋਗਨ ਲਿਖਿਆ ਹੋਇਆ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਦੀ ਨਾਲ ਉਹਨਾਂ ਇਹ ਵੀ ਗੱਲ ਆਖੀ ਕਿ 24 ਘੰਟੇ ਜਿਹੜੇ ਜ਼ਿਲ੍ਹੇ ਦੀਆਂ ਹੱਦਾਂ ਆ ਉੱਥੇ ਹਾਈਟੈਕ ਨਾਕੇ ਲੱਗੇ ਰਹਿੰਦੇ ਨੇ ਅਤੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਰਹਿੰਦੀ ਹੈ। ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ, ਜਦੋਂ ਸ਼ਹਿਰ ਦੇ ਮੁੱਖ ਮਾਰਗ ਅਤੇ ਮੁੱਖ ਬਾਜ਼ਾਰਾਂ ਵਿੱਚ ਪੁਲਿਸ ਮੁਲਾਜ਼ਮ ਕਦਮ ਤਲ ਕਰਦੇ ਨਜ਼ਰ ਆਏ। ਦਿਖਾਉਂਦੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਅੱਜ SBS ਨਗਰ ਦੇ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ। ਸਾਡੇ ਕੋਲ BSF ਦੀ ਇੱਕ ਟੁਕੜੀ ਅਤੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੈ। ਇਹ ਤੁਹਾਨੂੰ ਪਤਾ ਹੀ ਹੈ, ਇਲੈਕਸ਼ਨ ਦੇ ਮੱਦੇਨਜ਼ਰ ਅਸੀਂ ਪਹਿਲਾਂ ਵੀ ਜਿਹੜੇ ਫਲੈਗ ਮਾਰਚ ਕੱਢਦੇ ਰਹਿੰਦੇ। ਅੱਜ ਸਾਡਾ ਨਵਾਂਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਹੈ, ਬੰਗਾ ਸਬ ਡਿਵੀਜ਼ਨ ਦੇ ਵਿੱਚ ਵੀ ਅਤੇ ਬਲਾਚੌਰ ਸਬ ਡਿਵੀਜ਼ਨ ਦੇ ਵਿੱਚ ਵੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ। ਇਹਦੇ ਰਾਹੀਂ ਅਸੀਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ, ਜਿਹੜਾ ਪੁਲਿਸ ਹੈਗੀ ਹੈ ਉਹ ਹਰ ਸਮੇਂ ਹਾਜ਼ਰ ਹੈਗੀ ਹੈ, ਅਤੇ ਜਿਹੜਾ ਵੀ ਕੋਈ ਸ਼ਰਾਰਤੀ ਅਨਸਰ ਹੈਗਾ ਉਹਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਕਰਨ ਨਹੀਂ ਦਿੱਤੀ ਜਾਊਗੀ, ਅਤੇ ਫਿਰ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਦਾ ਹੈਗਾ ਤਾਂ ਉਹਦੇ ਖਿਲਾਫ਼ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਬਿਲਕੁਲ ਜੀ ਬਿਲਕੁਲ, ਜਿਹੜੇ ਸਾਡੇ 4 ਹਾਈਟੈਕ ਨਾਕਾਸ ਹੈਗੇ ਉੱਥੇ 24 ਘੰਟੇ ਚੈਕਿੰਗ ਚੱਲਦੀ ਹੈ, ਅਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਰੀਸੈਂਟ ਦਿਨਾਂ ਦੇ ਵਿੱਚ ਸਾਡੀ ਉੱਥੇ ਰਿਕਵਰੀ ਵੀ ਹੈਗੀ ਹੈ। ਉਸ ਤੋਂ ਇਲਾਵਾ ਵੀ ਡੇਲੀ ਜਿਹੜੀ ਹੈਗੀ ਹੈ ਅਸੀਂ ਸ਼ਹਿਰ ਦੇ ਵਿੱਚ ਅਤੇ ਜਿਹੜੇ ਦੂਜੇ ਜ਼ਿਲ੍ਹਿਆਂ ਨਾਲ ਸਾਡੀਆਂ ਹੱਦਾਂ ਲੱਗਦੀਆਂ ਉੱਥੇ ਵੀ ਨਾਕਾਬੰਦੀ ਕਰਕੇ ਡੇਲੀ ਚੈਕਿੰਗ ਕੀਤੀ ਜਾ ਰਹੀ। ਜਿਨ੍ਹਾਂ 'ਤੇ ਬਲੈਕ ਫਿਲਮ ਲੱਗੀ ਹੋਈ ਜਾਂ VIP ਲਿਖਣ ਜਾਂ ਪ੍ਰੈਸ ਲਿਖਿਆ ਨੰਬਰਦਾਰ ਵਗੈਰਾ, ਉਹਨਾਂ ਗੱਡੀਆਂ ਦੀ ਬਹੁਤ ਘੱਟ ਚੈਕਿੰਗ ਕੀਤੀ? ਦੇਖੋ ਜੀ, ਜਿਹੜੇ ਅਸੀਂ ਨਾਕੇ ਲਗਵਾ ਰਹੇ ਹੈਗੇ ਹਾਂ ਜਾਂ ਜਿਹੜੇ ਸਾਡੇ 24 ਘੰਟੇ ਨਾਕੇ ਚੱਲਦੇ ਆ, ਉਹਨਾਂ ਨੂੰ ਇਹ ਪੂਰੀਆਂ ਇੰਸਟਰਕਸ਼ਨਾਂ ਹੈਗੀਆਂ, ਜੇ ਕੋਈ ਮੋਟਰਸਾਈਕਲ ਹੈ ਬਿਨਾਂ ਨੰਬਰ ਪਲੇਟ ਤੋਂ ਹੈਗਾ ਜਾਂ ਕਿਸੇ ਕੋਲ RC ਨਹੀਂ ਹੈਗੀ ਜਾਂ ਜਿਹੜੇ ਆ ਬੁਲਟ 'ਤੇ ਪਟਾਕੇ ਮਾਰਦੇ ਹੈਗੇ ਆ ਜਾਂ ਜਿਵੇਂ ਤੁਸੀਂ ਦੱਸਿਆ ਕਿ ਗੱਡੀਆਂ 'ਤੇ ਕਾਲੇ ਸ਼ੀਸ਼ੇ ਲਾਏ ਹੋਏ ਆ, ਉਹਨਾਂ ਦੇ ਖਿਲਾਫ਼ ਅਸੀਂ ਸਖ਼ਤ ਐਕਸ਼ਨ ਲੈ ਰਹੇ ਹਾਂ। ਅਤੇ ਅਸੀਂ ਕਾਫ਼ੀ ਜਿਹੜੇ ਰੀਸੈਂਟਲੀ ਅਸੀਂ 20 ਦੇ ਰਾਊਂਡ ਮੋਟਰਸਾਈਕਲ ਜਿਹੜੇ ਕੱਲ੍ਹ ਅਤੇ ਪਰਸੋਂ ਦੇ ਵਿੱਚ ਰਾਊਂਡ ਅਪ ਵੀ ਕੀਤੇ ਹੈ। ਪਿੰਡਾਂ 'ਚ ਚੱਲੂਗਾ ਸਰ ਇਸ ਤਰ੍ਹਾਂ ਮੁਹਿੰਮ? ਬਿਲਕੁਲ ਜੀ, ਜਿਹੜੇ ਜਿਵੇਂ ਤੁਹਾਨੂੰ ਦੱਸਿਆ ਸਾਡੇ ਨਾਕੇ ਵੀ ਚੱਲਣਗੇ ਅਤੇ ਅਸੀਂ ਕਾਸੋ ਓਪਰੇਸ਼ਨ ਵੀ ਜਿਹੜੇ ਹੈਗੇ ਆ ਅਸੀਂ ਪਹਿਲਾਂ ਕੀਤੇ ਵੀ ਆ ਅਤੇ ਅੱਗੇ ਵੀ ਕਰਾਂਗੇ। ਜਿੱਦਾਂ ਔੜ ਹੈਗਾ, ਗੜੱਪੜ ਹੈਗਾ, ਇਹਨਾਂ ਏਰੀਆ ਦੇ ਵਿੱਚ ਅਸੀਂ ਕਾਸੋ ਓਪਰੇਸ਼ਨ ਵੀ ਕਾਫੀ ਕੀਤੇ ਆ। ਰਿਕਵਰੀ ਨਹੀਂ ਹੋ ਰਹੀ ਸਰ ਉਸ 'ਚ? ਰਿਕਵਰੀ ਬਿਲਕੁਲ ਜੀ, ਸਾਡੀ ਰਿਕਵਰੀ ਹੈਗੀ ਹੈ ਜੀ। ਅਸੀਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਰਾਊਂਡ ਤੁਸੀਂ ਦੇਖੋਗੇ 30 ਦੇ ਰਾਊਂਡ ਜਿਹੜੇ ਸਾਡੇ NDPS ਦੇ ਐਕਸਾਈਜ਼ ਦੇ ਪਰਚੇ ਨੇ ਅਤੇ ਉਹਨਾਂ ਦੇ ਵਿੱਚ ਅਸੀਂ ਕਾਫੀ ਜਿਹੜੇ ਮੁਜਰਿਮ ਫੜ ਕੇ ਜੇਲ੍ਹਾਂ ਵਿੱਚ ਵੀ ਭੇਜੇ ਆ। ਸਰ ਓਪਰੇਸ਼ਨ ਦੌਰਾਨ ਕੁਝ ਨਹੀਂ ਮਿਲਦਾ, ਰਿਕਵਰੀ ਨਹੀਂ ਹੋਈ? ਓਪਰੇਸ਼ਨ ਦੌਰਾਨ ਜਿਹੜੀ ਸਾਡੀ ਸਰਚ ਹੈਗੀ ਆ, ਅਸੀਂ ਕਾਫੀ ਬੰਦਿਆਂ ਨੂੰ ਰਾਊਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਕੀਤਾ ਜਾਂਦਾ ਅਤੇ ਪ੍ਰੀਵੈਂਟਿਵ ਐਕਸ਼ਨ ਲਏ ਜਾਂਦੇ ਉਹਨਾਂ ਦੇ। ਸਰ ਜ਼ਿਲ੍ਹਾ ਪੁਲਿਸ ਵੱਲੋਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ? ਬਿਲਕੁਲ ਜੀ, ਸਾਡਾ ਤੁਸੀਂ ਜੇ ਕੋਈ ਤੁਹਾਡੀ ਕਿਸੇ ਦੀ ਵੀ ਕੋਈ ਸਾਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ, ਸਾਡਾ ਕੰਟਰੋਲ ਰੂਮ ਨੰਬਰ ਵੀ ਹੈਗਾ, ਸਾਨੂੰ 112 'ਤੇ ਵੀ ਜਿਹੜੀ ਹੈਗੀ ਜਾਣਕਾਰੀ ਦਿੱਤੀ ਜਾ ਸਕਦੀ।